ਅਸਲਾਮੁਅਲੈਕੁਮ ਵਾਲੇਕੁਮ ਸਲਾਮ ਅੱਛਾ ਤਾਂ ਇਹ ਲਾਂਚ ਕਿਉਂ ਰੱਖਿਆ ਸਾਹੀ ਤੇ ਹੈਰਾਨੂ ਇਹ ਲਾਂਚ ਭਾਈ ਜਾਨ ਸਦਕੇ ਵੰਜਾ ਮੇ ਪਹਿਲੀ ਗੱਲ ਇਹ ਕਿ ਸ਼ਹਾਬਾ ਸ਼ਰੀਫ ਸਾਹਿਬ ਤੇ ਜਿਹਨਾਂ ਨੇ ਪੈਟਰੋਲ ਕਰ ਦਿੱਤੇ 200 ਤੇ 20 ਰੁਪਏ ਹੱਲੜੇ ਗਲ ਕੋ ਕੰਮ ਕਿਥਾਈ ਚੇਕ ਰਖੇਲੇ ਗਰੀਬ ਲੋਕਾਂ ਸੇ ਲਾਂਚਾ ਚਲੰਦਿਆ ਸੇ ਅੱਛਾ ਆ ਜਾ ਕਰੇ ਤੇ ਬੈ ਗਿਓ ਹੁਣ ਮੋਟਰਸਾਈਕਲ ਤੇ ਕੋਈ ਸੋ ਪਹਿਲੇ ਪਤੜ ਚਲਦਾ ਤੋ ਆਗੂ ਪਤਾ ਹੈ ਦਿਰਾਹੀ ਇਲਾਕਾ ਹੈ ਸਾਫ ਜ਼ਾਹਿਰ ਹੈ ਬਸ ਤੋ ਗੋ ਨਜ਼ਰਦਾ ਪਿਆ ਸੇ ਜੀ ਹਾਂ ਦਿਰਾਦਾ ਇਲਾਕਾ ਹੈ ਇਥਾ ਪਹਿਲੇ ਕਾਫੀ ਸਵਾਰੇ ਆਮਦਾਨ ਅੱਛਾ ਮਹਿੰਗਾਈ ਦੀ ਵਜ੍ਹਾ ਤੋ ਜੇਰਾ 200 ਰੁਪਏ ਲੈਂਦਾ ਹਾਂ ਉਂਗਲੇ ਅਗਰ 200 ਰੁਪਏ ਮੰਗਦੂ ਤੋ ਉਹ ਪੈਸੇ ਕਹਿੰਦੇ ਨਹੀਂ ਵਜ੍ਹਾ ਤੋ ਲਾਂਚ ਕੋ ਸੁੱਕੀ ਤੇ ਚੇਕ ਤੇ ਖੜਾ ਜੇ ਪਹਿਲੇ ਵੀ ਬੰਦੇ ਕਿਨਾਈ ਵਸਤੀ ਨੇ ਇਹ ਕੁਛ ਚੈੱਕ ਕਰਾਇਆ ਤੇ ਸੁੱਕੀ ਤੇ ਖੜਾ ਸੀ ਇਹ ਤਾਂ ਹਾਲ ਹੈ ਪਾਕਿਸਤਾਨ ਦਾ ਪਤਾ ਕੱਢਣ ਵਜ਼ੀਰ ਆਜ਼ਮ ਸੁਜੇਸ਼ਨ ਸਾਡੇ ਉਹ ਤਾਂ ਸੋਚਣਾ ਹੀ ਕਹਿਨੀ ਅਦਾ ਨਾ ਸੁਜੇਸ਼ਨ ਤਾਂ ਬਸ ਇਹੋ ਹਾਲ ਹੈ ਬਸ ਇਹਨੇ ਕੋ ਸੁੱਕੀ ਤੇ ਚੈੱਕ ਤੇ ਖੜਾ ਸੀ ਅਸਾਂ ਹੀ ਸੁੱਕੀ ਤੇ ਨ ਬੈਠੋ ਅੱਛਾ ਪਾਣੀ ਉਹ ਚੜਦਾ ਹਮ ਸੇ ਤੇ ਆਵਾਮ ਬੋਰਡ ਤੇ ਮਰਵਨ ਲੈ ਕੇ ਕੋ ਚਾਵਣਾ ਹੀ ਨਹੀਂ ਸਭ ਆ ਗਿਆ ਸ਼ਾਬਾਸ਼ ਸ਼ਰੀਫ ਕੋ ਆਪੇ ਮੇਲ ਵਾਲਾ ਸ਼ਾਬਾਸ਼ ਸ਼ਰੀਫ ਕੋ ਯਾਰ ਕੀ ਮਿਲੂ ਮੈਂ ਸ਼ਰਬ ਸ਼ਾਬਾਸ਼ ਸ਼ਰੀਫ ਸਾਹਿਬ ਕੋ ਕਹਿ ਨਹੀਂ ਮਿਲਦਾ ਰਹਾਂਦਾ ਉਹ ਕਿਉਂ ਖੁਦਾ ਦਾ ਬੰਦਾ ਸਾਲਟੀ ਵਾਲੇ ਬੰਦੇ ਉਲਾਜ ਕੁਛ ਇੱਕ ਤੇ ਬਾਹਰ ਕਰ ਖੜਾ ਸੋ ਪਾਕਿਸਤਾਨ ਕੇ ਚੱਕ ਤੇ ਬਾਹਰ ਕਰ ਖੜਾ ਉਹ ਕਿਆ ਦੇ ਦਾ ਬੰਦਾ ਹੈ ਇਮਰਾਨ ਖਾਨ ਜੀਵੇ ਇਮਰਾਨ ਖਾਨ ਜ਼ਬਰਦਸਤ ਬੰਦਾ ਹੈ ਵਾਕੀ ਗਾ ਸੋ ਦੇ ਫੈਨ ਹੋ ਪਾਕਿਸਤਾਨ ਦੀ ਉਹਨੇ ਇੱਜ਼ਤ ਬਣਾਈ ਹੈ ਬਾਹਰਲੇ ਮੁਲਕ ਦੇ ਵਿੱਚ ਇਹਨਾਂ ਨੇ ਕਿਆ ਕੀਤੇ ਓ ਨੋ ਅੱਛਾ ਇਮਰਾਨ ਖਾਨ ਦੇ ਬਾਰੇ ਤੂੰ ਕਿਆ ਖੰਡ ਚਾਹਦੀ ਇਮਰਾਨ ਖਾਨ ਅਸਰੇ ਕੀਦ ਵਿੱਚ ਸਾਡਾ ਇੱਕ ਮਿਸਾਲ ਵੀ ਆਖੀ ਨਿੰਦੀਏ ਤੇ ਪਿਆਰ ਦਾ ਲਫ਼ਜ਼ ਵੀ ਆਖਵੇਂ ਦੇ ਇਮਰਾਨ ਖਾਨ ਜਿਹੜਾ ਸਾਡਾ ਖਬਾ ਗੁਰਦਾ ਹੈ ਖੱਬਾ ਕੋ ਖੱਬਾ ਕਰਦਾ ਹੈ ਬਿਲਕੁਲ ਅਸਾਂ ਉਹਨਾਂ ਨੂੰ ਮੁਹੱਬਤ ਕਰਦੇ ਹਾਂ ਉਹਨਾਂ ਨੂੰ ਪਿਆਰ ਕਰਦੇ ਹਾਂ ਜੀਵੇ ਇਮਰਾਨ ਖਾਨ ਪਾਕਿਸਤਾਨ ਜ਼ਿੰਦਾਬਾਦ ਐਂਡ ਕਰਦੇ ਹਾਂ